ਤਸਵੀਰਾਂ ਮਕਸੂਦਾ ਪੁਲਿਸ ਥਾਣੇ ਦੇ ਬਾਹਰ ਦੀਆਂ ਨੇ, ਜਿੱਥੇ ਲੋਕਾਂ ਨੇ ਪੰਜਾਬ ਪੁਲਿਸ ਦੇ ਨੌਜਵਾਨ ਨੂੰ ਗਾਇਬ ਕਰਨ ਦੇ ਦੋਸ਼ ਲਗਾਉਂਦੇ ਹੋਏ ਖੂਬ ਹੰਗਾਮਾ ਕੀਤਾ। ਦਰਅਸਲ ਮਕਸੂਦਾ ਪੁਲਿਸ ਨੇ ਨੰਗਲ ਸਲੇਮਪੁਰ ਦੇ ਰਾਜੂ ਨਾਂ ਦੇ ਨੌਜਵਾਨ ਨੂੰ ਕਿਸੇ ਕੇਸ ਦੇ ਸਿਲਸਿਲੇ ਵਿੱਚ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਕਾਫ਼ੀ ਦੇਰ ਬਾਅਦ ਟਾਲਮ ਟੋਲ ਕਰਨ ਮਗਰੋਂ ਉਹਨਾਂ ਤੋਂ ਲੜਕੇ ਦੀ ਸਪੁਰਦਗੀ ਦੇ ਕਾਗਜ਼ ਦੇ ਦਸਤਖਤ ਤਾਂ ਕਰਵਾ ਲਏ ਗਏ, ਪਰ ਉਹਨਾਂ ਦੇ ਲੜਕੇ ਨੂੰ ਵਾਪਸ ਨਹੀਂ ਮੁੜਿਆ ਗਿਆ, ਸਗੋਂ ਇਹ ਕਹਿ ਕੇ ਪੱਲਾ ਚਾੜ ਲਿਆ ਕਿ ਮੁੰਡਾ ਥਾਣੇ ਵਿੱਚੋਂ ਭੱਜ ਗਿਆ। ਸਾਨੂੰ ਅਮਰਨਾਥ ਦੇ ਘਰ ਗਏ ਔਰ ਮੈਂ ਮੌਕੇ 'ਤੇ ਮੌਜੂਦ ਸੀਗਾ ਅਤੇ ਸਾਬਕਾ ਸਰਪੰਚ ਸਾਡੇ ਰਾਜਕੁਮਾਰ ਜੀ ਸੀਗੇ ਔਰ ਉਹਨੇ ਕਿਹਾ ਵੀ ਇਸ ਲੜਕੇ ਨੂੰ ਐਸ ਓ ਜੀ ਸਾਹਿਬ ਨੇ ਬੁਲਾਇਆ ਔਰ ਜਦੋਂ ਪੁੱਛਿਆ ਗਿਆ ਵੀ ਕਿਸ ਵਾਸਤੇ ਉਹਨੇ ਸਾਨੂੰ ਕੋਈ ਜਵਾਬ ਸੁਰ ਪਤਾ ਨਹੀਂ ਦੱਸਿਆ, ਸਿਰਫ ਐਸ ਓ ਜੀ ਸਾਹਿਬ ਪਰਸਨਲੀ ਬੁਲਾਇਆ ਉਹ ਲੜਕੇ ਨੂੰ ਔਰ ਜਦੋਂ ਅਸੀਂ ਉਹਨੂੰ ਟਾਈਮਿੰਗ ਪੁੱਛੀ ਗਏ 10 ਵਜੇ ਟਾਈਮਿੰਗ ਆ ਔਰ ਤੁਸੀਂ 10 ਵਜੇ ਥਾਣੇ ਲੈ ਕੇ ਆ ਜਾਓ, ਮੈਂ ਔਰ ਮੇਰੇ ਸਾਬਕਾ ਸਰਪੰਚ ਸਾਹਿਬ ਔਰ ਇਹ ਪ੍ਰਧਾਨ ਸਾਹਿਬ ਹੈ ਨੂਰਪੁਰ ਤੋਂ ਔਰ ਇਹ ਅਸੀਂ ਤਿੰਨੇ ਲੜਕੇ ਨੂੰ ਲੈ ਕੇ 10 ਵਜੇ ਪੇਸ਼ ਕਰਾਤਾ ਔਰ ਉਸ ਤੋਂ ਬਾਅਦ ਅਸੀਂ ਐਸ ਓ ਸਾਹਿਬ ਨੂੰ ਮਿਲੇ। ਐਸ ਓ ਸਾਹਿਬ ਕਹਿ ਰਹੇ ਸੀਗੇ ਵੀ ਤੁਸੀਂ ਥੋੜ੍ਹਾ ਜਿਹਾ ਵੇਟ ਕਰੋ, ਮੈਨੂੰ ਪੁੱਛਗਿੱਛ ਕਰਨ ਦਿਓ। ਅਸੀਂ ਕਿਹਾ ਚਲੋ ਠੀਕ ਹੈ, ਪੁੱਛਗਿੱਛ ਕਰਨੀ ਬੰਦ ਹੀ ਕਰ ਲੈਣ ਦਿਓ, ਸ਼ਾਇਦ ਕੀ ਗੰਭੀਰ ਮੈਟਰ ਹੋਏਗਾ ਸ਼ਾਇਦ। ਅਸੀਂ ਸਰ ਬਾਹਰ ਬੈਠੇ, ਸਾਨੂੰ ਇੱਕ ਵਜੇ ਟਾਈਮ ਹੋਗਾ ਬਾਹਰ ਬੈਠੇ, ਅਸੀਂ ਵਾਰ ਵਾਰ ਫੋਨ ਕਰ ਰਹੇ ਹਾਂ ਵੀ ਸਰ ਤੁਹਾਨੂੰ ਬੱਚਾ ਦਾ ਵਾਪਸ ਕਰ ਦਿਓ ਔਰ ਕਹਿ ਰਹੇ ਹੁਣ ਇੱਕ ਵਜੇ ਸਾਡਾ ਟਾਈਮਿੰਗ ਹੋਗਾ, ਅਸੀਂ ਨਾ ਮਿਲ ਜਾਏਗਾ ਡਿਊਟੀ ਸਾਹਿਬ ਨੂੰ ਜਾਂ ਐਸ ਐਸ ਪੀ ਸਾਹਿਬ ਨੂੰ ਸ਼ਾਇਦ ਔਰ ਇਹ ਸਾਹਿਬ ਉੱਥੇ ਚਲਾ ਗਿਆ ਔਰ ਉਸ ਤੋਂ ਜਦ ਬਾਈ ਫੋਨ ਕੀਤਾ ਕਹਿੰਦੇ ਤੁਸੀਂ 5 ਵਜੇ ਆਪਣਾ ਬੱਚਾ ਲੈ ਜਾਓ, ਜਦਕਿ ਐਸ ਐਸ ਸਾਹਿਬ ਦੀ ਰਿਕਾਰਡਿੰਗ ਸਾਡੇ ਕੋਲ ਪਈ ਹੋਈ ਆ ਵੀ ਗਰੰਟੀ ਸਾਡੀ ਹੈ 5 ਵਜੇ ਬੱਚਾ ਆਪਣਾ ਲੈ ਜਾਇਓ। ਅਸੀਂ 5 ਵਜੇ ਫਿਰ ਰਾਈਟ ਵਾਪਸ ਆ ਗਏ ਅਤੇ ਅਸੀਂ ਬੈਠੇ ਹੋਏ ਅਸੀਂ ਬਾਹਰ ਸੀਗੇ, ਅਸੀਂ ਘਰ ਨਹੀਂ ਸੀ ਗਏ ਔਰ 5 ਵਜੇ ਜਾ ਕੇ ਪਤਾ ਕੀਤਾ ਔਰ ਐਸ ਐਸ ਸਾਹਿਬ ਕਹਿੰਦੇ ਰੁਕ ਜਾਓ ਅਸੀਂ ਨਾ ਪਿੰਡ ਨੰਗਲ ਸਾਹਿਬ ਰੇਡ ਮਾਰਨ ਗਏ ਆ, ਜੇ ਬੱਚਾ ਗੁਆਚਾ ਸੀਗਾ ਉਹ ਉਸਦੇ ਘਰ ਜਾਂਦੇ ਔਰ ਨਹੀਂ ਕਿਸੇ ਹੋਰ ਦੇ ਘਰ ਜਾ ਕੇ ਰੇਡ ਮਾਰ ਕੇ ਆਏ ਔਰ ਉਸ ਤੋਂ ਬਾਅਦ 7 ਵਜੇ ਐਸ ਐਸ ਸਾਹਿਬ ਇੱਥੇ ਆਏ ਆ, ਅਸੀਂ ਕਿਹਾ ਬੱਚਾ ਦਿਓ, ਕਹਿੰਦੇ ਤੁਸੀਂ ਆਹ ਸਪੁਰਦਗੀ ਦੀ ਸਾਈਨ ਕਰ ਦਿਓ ਔਰ ਮੈਂ ਔਰ ਇਹਨਾਂ ਨੇ ਸਾਈਨ ਕੀਤੇ, ਬੱਚਾ ਆਪਣੇ ਮਤਲਬ ਮਤਲਬ ਜਿੱਦਾਂ ਸਪੁਰਦ ਕਰਦੇ ਆ ਔਰ ਇੱਕ ਸਾਬਕਾ ਸਰਪੰਚ ਸਾਹਿਬ ਸਾਈਨ ਕੀਤੇ ਆ ਔਰ ਸਾਈਨ ਦੇ ਵਿੱਚ ਉਹਨਾਂ ਨੇ ਦੱਸਿਆ ਬੱਚਾ ਲੈ ਜਾਓ। ਜਦੋਂ ਕਿਹਾ ਵੀ ਬੱਚਾ ਫੜਾਓ ਕਿੱਥੇ ਆ, ਕਹਿੰਦੇ ਉਹ ਤਾਂ ਹੱਸ ਕੇ ਕਹਿੰਦੇ ਆ ਉਹ ਤਾਂ 2:30 ਦਾ ਦੌੜ ਗਿਆ, ਕਹਿੰਦੇ ਜਦਕਿ ਉਹਨੂੰ ਕੁੱਟਿਆ ਗਿਆ, ਤਸਦੀਕ ਕੀਤਾ ਗਿਆ, ਕਰੰਟ ਲਾਇਆ ਗਿਆ, ਉਹਨੂੰ ਮਾਰਿਆ ਗਿਆ ਔਰ ਇਸ ਦੇ ਗਵਾਹ ਸਾਡੇ ਸਰਪੰਚ ਇਸ ਪ੍ਰਧਾਨ ਸਾਹਿਬ ਆ ਔਰ ਸਾਬਕਾ ਸਰਪੰਚ ਸਾਹਿਬ ਸਾਡੇ ਗਵਾਹ ਇਸ ਲੜਕੀ ਲਿਆਂਦਾ ਕਿ ਉਸ ਥਾਣੇ ਸਰ, ਇਹੀ ਸਾਨੂੰ ਦੱਸਿਆ ਇਹਨਾਂ ਨੇ ਔਰ ਇਹਨੂੰ ਦੱਸ ਰਿਹਾ ਵੀ ਕੋਈ ਲੜਕੀ ਦਾ ਮੈਟਰ ਆ, ਇੱਧਰ ਦੱਸੋ ਗੱਲ ਹੋਈ ਕਪੂਰਪੁਰ ਕੋਈ ਲੜਕੀ ਦਾ ਮੈਟਰ ਹੈ, ਸਾਨੂੰ ਐਸ ਓ ਸਾਹਿਬ ਜਵਾਬ ਦੇ ਰਿਹਾ ਵੀ ਕੋਈ ਲੜਕੀ ਦਾ ਮੈਟਰ ਹੈ ਔਰ ਮੈਂ ਕਿਹਾ ਜੇ ਲੜਕੀ ਦਾ ਮੈਟਰ ਤਾਂ ਬੁਲਾਓ ਥਾਲੇ ਉਹ ਪਾਰਟੀ ਦੱਸੋ ਕਿਹੜੀ ਲੜਕੀ ਦਾ ਮੈਟਰ ਆ ਤੇ ਜਿਹੜਾ ਹਾਲੇ ਤੱਕ ਤੁਹਾਡੇ ਮੁੰਡੇ ਬਾਰੇ ਦੱਸਿਆ ਨਹੀਂ ਸਰ, ਸਾਨੂੰ 2:30 ਵਜੇ ਦਾ ਕਹਿੰਦਾ ਗੁਆਚਾ ਤੇ ਸਾਨੂੰ ਸਰ ਹੁਣ ਦੱਸ ਰਿਹਾ ਲੜਕਾ ਤੁਹਾਡਾ ਗਾਇਬ ਹੋ ਗਿਆ, ਹੁਣ ਅਸੀਂ ਆਪ ਆਏ ਲੜਕਾ ਸਰ, ਲੜਕਾ ਨੇ ਫੋਟੋ ਨਹੀਂ ਗਾਇਬ ਕੀਤਾ ਸਰ, ਗਾਇਬ ਕਰਤਾ ਨਾ ਬਿਲਕੁਲ ਸਰ, ਗਾਇਬ ਦਾ ਕੈਮਰੇ ਬੰਦ ਕੀਤੇ ਸਰ ਇਹਨਾਂ ਨੇ, ਵੈਰੀਫਿਕੇਸ਼ਨ ਵਾਸਤੇ ਬੁਲਾਇਆ ਸੀ, ਬਾਅਦ ਚੁੱਕ ਤੇ ਐਸਐਚਓ ਨੂੰ ਬਾਹਰ ਜਾਣਾ ਪੈ ਗਿਆ ਔਰ ਬਾਅਦ ਇਹ ਐਸਐਚਓ ਵੱਲੋਂ ਇਹ ਬਿਆਨ ਹੋਇਆ ਵੀ ਉਹ ਬੰਦਾ ਥਾਣੇ ਸੀਗਾ, ਉਹ ਵੈਰੀਫਿਕੇਸ਼ਨ ਕਰ ਰਿਹਾ ਸੀ, ਉਹ ਕਿਤੇ ਭੱਜ ਗਿਆ ਸਰ, ਕਿਸ ਚੀਜ਼ ਦੀ ਵੈਰੀਫਿਕੇਸ਼ਨ ਭੱਜ ਗਿਆ ਉਹ ਔਰ ਉਹ ਕੋਈ ਕੇਸ ਹੈਗਾ ਕੋਈ ਐਂਡੀ ਪੇਸ ਦਾ ਉਹਦੇ ਰਿਗਾਰਡਿੰਗ ਵੈਰੀਫਿਕੇਸ਼ਨ ਕਰ ਰਹੇ ਸੀਗੇ, ਉਹਨਾਂ ਕੋਈ ਇਨਫੋਰਮੇਸ਼ਨ ਸੀਗੀ ਉਹਦੇ ਬੇਸ 'ਤੇ ਉਹਨਾਂ ਨੇ ਵੈਰੀਫਾਈ ਕਰਨ ਵਾਸਤੇ ਉਹਨਾਂ ਨੂੰ ਬੁਲਾਇਆ ਸੀ ਅਤੇ ਉਹ ਜਿਹੜਾ ਹੁਣ ਇਹ ਪਤਾ ਲੱਗਾ ਹੈਗਾ ਵੀ ਬੰਦਾ ਮਿਲ ਗਿਆ ਹੈਗਾ ਕਿਤੇ ਔਰ ਉਹਦੇ ਬਾਰੇ ਚੱਲ ਰਹੀ ਹੈ ਸਾਨੂੰ ਪਤਾ ਲੱਗਾ, ਬਾਕੀ ਇਸ ਐਂਡ 'ਤੇ ਪੁਲਿਸ ਵੱਲੋਂ ਅਗਰ ਕੋਈ ਵੈਲੀਫਾਈਡ ਪਾਈ ਜਾਂਦੀ ਜਾਂ ਕੋਈ ਅਣਗਹਿਲੀ ਪਾਈ ਜਾਂਦੀ ਉਹਦੇ ਬਾਰੇ ਸਾਰੀ ਵੈਰੀਫਾਈ ਕਰਕੇ, ਕੈਮਰੇ ਬਿਲਕੁਲ ਚੱਲਦੇ ਨੇ, ਕੈਮਰੇ ਚੱਲਦੇ ਨੇ, ਬਾਕੀ ਮੈਂ ਹੁਣ ਫਿਜ਼ੀਕਲੀ ਚੈੱਕ ਵੀ ਕਰਾਂਗਾ ਕੈਮਰੇ ਚੱਲਦੇ ਸਰ, ਕਿਉਂਕਿ ਐਸ ਓ ਜੀ ਸਾਹਿਬ ਦਾ ਕਹਿਣਾ ਕਿ ਲੜਕਾ ਬੈਕ ਸਾਈਡ ਤੋਂ ਭੱਜਿਆ ਅਤੇ ਬੈਕ ਸਾਈਡ ਦੇ ਵਿੱਚ ਕੈਮਰੇ ਲੱਗੇ, ਇਹੀ ਸਰ ਥਾਣਾ ਹੈਗਾ ਜਿੱਥੇ ਥੋੜ੍ਹੇ ਕੁਛ ਬੈਕ ਸਾਈਡ 'ਤੇ ਕੈਮਰੇ ਦੇ ਜਿਹੜਾ ਬਾਕੀ ਜਿਹੜੇ ਮੇਨ ਸਾਰੇ ਪੁਆਇੰਟ ਜਿਹੜੇ ਕਵਰ ਕੀਤੇ ਹੋਏ ਆ, ਬਾਕੀ ਮੈਂ ਚੈੱਕ ਕਰ ਰਿਹਾ ਕੈਮਰੇ ਹੁਣ ਦੇਖਣ ਲੱਗੇ ਹਾਂ, ਜੇ ਕੋਈ ਨਹੀਂ ਚੱਲਦਾ ਚੈੱਕ ਕਰ ਲਓ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।